ਸਾਡੀ ਪਾਰਟੀ ਨੇ ਗੁਰਦਾਸਪੁਰ ਪਾਰਲੀਮੈਂਟ ਦੇ ਵਿੱਚ 9 ਅਸੈਂਬਲੀ ਹਲਕੇ ਨੇ, ਜਿਨ੍ਹਾਂ ਵਿੱਚ 5 ਸਿਟਿੰਗ MLA ਸਨ, 4 ਜਿਹੜੇ ਨਵੇਂ ਕੈਂਡੀਡੇਟ ਆਏ ਨੇ, ਚਾਰੋਂ ਤੋਂ ਚਾਰੇ ਨੌਜਵਾਨ ਨੇ, ਪੜ੍ਹੇ ਲਿਖੇ ਨੇ, ਅਤੇ ਵਿਸ਼ੇਸ਼ ਤੌਰ 'ਤੇ ਬਰਿੰਦਰਜੀਤ ਸਿੰਘ ਪਾੜਾ ਜਿਹੜੇ ਨੇ, ਇਹ ਤਾਂ ਮੇਰੇ ਆਪਣੇ ਅਜ਼ੀਜ਼ ਨੇ। ਪਾਰਲੀਮੈਂਟ ਦੇ ਇਹ ਜਿਹੜੇ ਗੁਰਦਾਸਪੁਰ ਪਾਰਲੀਮੈਂਟ ਦੇ ਪ੍ਰਧਾਨ ਚੁਣੇ ਗਏ ਸੀ, ਇਹਦੇ ਵਿੱਚ ਮੇਰਾ ਵੀ ਛੋਟਾ ਮੋਟਾ ਯੋਗਦਾਨ ਹੈ ਸੀ। ਮਿਹਨਤੀ ਹੈ ਅਤੇ ਤਗੜੇ ਹੋ ਕੇ ਲੋਕਾਂ ਨਾਲ ਖਲੋਣ ਵਾਲਾ, ਸੇਵਾਦਾਰ ਹੈ, ਅਤੇ ਮੈਂ ਅਪੀਲ ਸਾਰੇ ਹੀ ਸਾਥੀਆਂ ਨੂੰ ਕਰੂੰਗਾ ਕਿ ਤਗੜੇ ਹੋ ਕੇ, ਅੱਜ ਨੌਜਵਾਨਾਂ ਦਾ ਯੁੱਗ ਹੈ, ਨੌਜਵਾਨ ਆਪਾਂ ਨੁਮਾਇੰਦੇ ਚੁਣੀਏ ਜਿਹੜੇ ਆਉਂਦੇ ਵਕਤ ਦੇ ਵਿੱਚ ਜਿਹੜੀ ਪੰਜਾਬ ਦੀ ਸਾਡੀ ਪਹਿਲੀ ਟੋਪ ਪ੍ਰਾਇਓਰਿਟੀ ਉਹ ਹੈ ਡਰੱਗਸ ਦੇ ਖਿਲਾਫ ਲੜਾਈ ਜਿਹੜੀ ਹੈ, ਨਸ਼ੇ ਦੇ ਖਿਲਾਫ ਲੜਾਈ ਜਿਹੜੀ ਹੈ। ਇਹ ਗੁਰੂ ਘਰ 'ਚ ਵਿਸ਼ਵਾਸ ਰੱਖਣ ਵਾਲਾ ਪਰਿਵਾਰ ਹੈ, ਅਤੇ ਮੈਂ ਸਮਝਣਾ ਕਿ ਇਸ ਲੜਾਈ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣਗੇ। ਗੁਰਦਾਸਪੁਰ ਇੱਕ ਬਹੁਤ ਹੀ ਇਤਿਹਾਸਿਕ ਪੁਰਾਣਾ ਰੈਵਨਿਊ ਜ਼ਿਲ੍ਹਾ, ਅੰਗਰੇਜ਼ਾਂ ਦੇ ਵੇਲੇ ਦਾ, ਉਂਝ ਅੰਡਰ ਡਿਵੈਲਪਡ ਹੈ। ਇਹ ਸਾਡੀ ਇਸ ਟਾਈਮ ਟੋਪ ਪ੍ਰਾਇਓਰਿਟੀ ਹੋਏਗੀ ਕਿ ਗੁਰਦਾਸਪੁਰ ਨੂੰ ਬਾਕੀ ਜਿਸ ਤਰ੍ਹਾਂ ਪੰਜਾਬ ਦਾ ਲੁਧਿਆਣਾ ਜ਼ਿਲ੍ਹਾ, ਜਲੰਧਰ ਜ਼ਿਲ੍ਹਾ ਹੈ, ਬਾਕੀ ਦੇ ਜਿਹੜੇ ਡਿਵੈਲਪਡ ਜ਼ਿਲ੍ਹੇ ਨੇ, ਉਸ ਤਰ੍ਹਾਂ ਹੀ ਸਾਰਾ ਇਨਫਰਾਸਟ੍ਰਕਚਰ, ਭਾਵੇਂ ਹੈਲਥ ਦਾ ਹੋਏ, ਭਾਵੇਂ ਸੜਕਾਂ ਦਾ ਹੋਏ, ਭਾਵੇਂ ਪੁਲਾਂ ਨਾਲ ਤੁਲਕ ਰੱਖਦਾ ਹੋਏ, ਜਾਂ ਕੁਆਲਿਟੀ ਐਜੂਕੇਸ਼ਨ ਦਾ ਹੋਏ, ਇਹ ਸਾਡੀ ਇੱਕ ਟੋਪ ਪ੍ਰਾਇਓਰਿਟੀ ਹੈ ਕਿ ਗੁਰਦਾਸਪੁਰ 'ਤੇ ਫੋਕਸ ਕਰਕੇ ਜਿੰਨੀਆਂ ਕਮੀਆਂ ਪੇਸ਼ੀਆਂ ਨੇ ਇਹ ਸਾਰੀਆਂ ਐਤਕੀ ਨਵੀਂ ਸਰਕਾਰ ਕੋਲ ਅਸੀਂ ਪੂਰੀਆਂ ਕਰਾਈਏ। ਸੋ ਮੇਰੀ ਅਪੀਲ ਹੈ ਸਾਰੇ ਹੀ ਆਪਣੇ ਵੋਟਰਸ ਨੂੰ ਕਿ ਤੁਹਾਨੂੰ ਨੌਜਵਾਨ, ਪੜ੍ਹਿਆ ਲਿਖਿਆ, ਮਿਹਨਤੀ, ਗੁਰੂ ਘਰ 'ਚ ਵਿਸ਼ਵਾਸ ਰੱਖਣ ਵਾਲਾ ਕੈਂਡੀਡੇਟ ਦਿੱਤਾ, ਤਗੜੇ ਹੋ ਕੇ ਮਦਦ ਕਰਕੇ ਉਹਦੀ ਪਿੱਠ ਪੂਰੋ। ਉਹ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਤੁਹਾਡੀਆਂ ਆਸਾਂ ਉਮੀਦਾਂ 'ਤੇ ਪੂਰਾ ਉਤਰੇਗਾ।